ਸਰ ਅਮਰੀਕ ਸਿੰਘ ਜੀ ਬਿਰ ਯੂਕੇ ਤੋਂ 55,000 ਰੁਪਏ ਉਹਨੇ ਗੁਰੂ ਘਰ ਦੇ ਲੰਗਰਾਂ ਵਾਸਤੇ ਭੇਜੇ ਨੇ ਅਤੇ 1,00,000 ਰੁਪਏ ਜਿਹੜਾ ਅਕਾਲ ਚੈਨਲ ਦੀ ਭੇਟਾ ਵਾਸਤੇ ਸਰ ਮੰਗਤ ਸਿੰਘ ਜੀ ਸਲ ਇਕੱਤਰ ਕਰਕੇ ਦੇਣਗੇ ਔਰ 1,00,000 ਰੁਪਇਆ ਸਰ ਮੰਗਤ ਸਿੰਘ ਜੀ ਸਲ ਉਹਨਾਂ ਨੇ ਕਿਹਾ ਕਿ ਜਦੋਂ ਲੰਗਰ ਦਾ ਬਿਲਡਿੰਗ ਦਾ ਕੰਮ ਆਰੰਭ ਹੋ ਜਾਏਗਾ ਤਾਂ ਉਹ ਵੀ ਹੋਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।